ਯਾਰ ਮੈਂ ਇਹ ਸਾਰੇ ਕਬੂਤਰਾਂ ਨੂੰ ਬਾਹਰ ਕੱਢਤਾ ਕਿਉਂਕਿ ਬਾਈ ਅੱਜ ਨਾ ਸੂਰਜ ਯਾਰ ਆਪਦਾ ਬਾਈ ਕਈ ਦਿਨਾਂ ਬਾਅਦ ਯਾਰ ਪੂਰਾ ਚਮਤਕਾਰ ਦਿਖਾ ਰਿਹਾ। ਮੈਂ ਕਿਹਾ ਇਹ ਸਾਰੇ ਕਬੂਤਰਾਂ ਨੂੰ ਧੁੱਪ ਲੱਗ ਜੂਗੀ ਤੇ ਬਾਈ ਸਾਰੇ ਆਪਣੇ ਕਬੂਤਰਾਂ ਦੇ ਬੱਚੇ ਨਾ ਜਾਲ ਦੇ ਵਿੱਚ ਪਏ ਹੋਏ ਆ ਤੇ ਉਹਨਾਂ ਨੂੰ ਵੀ ਬਾਈ ਸਿੱਧੀ ਸਿੱਧੀ ਡਾਇਰੈਕਟ ਧੁੱਪ ਲੱਗ ਰਹੀ ਆ ਯਾਰ। ਸਵਾਗਤ ਬਾਈ ਤੁਹਾਡਾ ਨਵੇਂ ਵਲੌਗ ਦੇ ਵਿੱਚ। ਮੈਂ ਕਿਹਾ ਵੀ ਧੁੱਪ ਨਿਕਲੀ ਆ ਕਾਫੀ ਟਾਈਮ ਬਾਅਦ, ਕਿਉਂ ਨਾ ਧੁੱਪ ਦਾ ਬਾਈ ਪੂਰਾ ਨਾ ਲਾਹਾ ਲਿਆ ਜਾਵੇ। ਫਿਰ ਇਸੇ ਕਰਕੇ ਹੁਣ ਇਹ ਕਬੂਤਰ ਬਹੁਤ ਜ਼ਿਆਦਾ ਖੁਸ਼ ਹੋਣਗੇ। ਦੇਖੋ ਨਾ ਇਹ ਵੀ ਕਬੂਤਰ ਅੱਗੇ ਨੂੰ ਹੋਏ ਬੈਠੇ ਆ। ਤੇ ਬਾਈ ਮੇਰਾ ਭਤੀਜਾ ਪਤਾ ਮੈਨੂੰ ਕੀ ਕਹਿੰਦਾ, ਕਹਿੰਦਾ ਬਾਕੀ ਦੇ ਨਾ ਜੋ ਵੀ ਇਹ ਕਬੂਤਰ ਨੇ ਚਾਹੇ ਸਾਰੇ ਕਬੂਤਰ ਦੇ ਦਿਓ। ਇੱਕ ਯਾਰ ਮੈਂ ਤੁਹਾਡੇ ਨਾਲ ਪਹਿਲਾਂ ਗੱਲ ਕਰਦਾ ਯਾਰ ਇੱਕ ਮਿੰਟ। ਤੇ ਜੋ ਬਾਈ ਆਪਣਾ ਨਾ ਗੱਬਰ ਯਾਰ ਡੈੱਡ ਹੋਇਆ ਤੇ ਮੈਂ ਵਲੌਗ ਪਾਇਆ, ਤੁਸੀਂ ਹੈ ਨਾ ਯਾਰ ਗੱਬਰ ਦਾ ਬਾਈ ਸਾਰਿਆਂ ਨੇ ਯਾਰ ਬਹੁਤ ਜ਼ਿਆਦਾ ਦੁੱਖ ਮਨਾਇਆ। ਯਾਰ ਮੈਂ ਕੀ ਕਰ ਸਕਦਾ ਸੀ ਇਹਦੇ ਵਿੱਚ ਨਾ, ਆਪਾਂ ਗੱਬਰ ਨੂੰ ਕਿਉਂ ਲੈ ਕੇ, ਆਪਾਂ ਤਾਂ ਯਾਰ ਪੈਸੇ ਲਾਏ ਔਰ ਗੱਬਰ ਨੂੰ ਲੈ ਕੇ ਆਉਂਦਾ ਵੀ ਆਪਾਂ ਕੱਟੇ ਦਾ ਨਾ ਸ਼ੌਂਕ ਯਾਰ ਪੂਰਾ ਕਰਾਂਗੇ। ਉਹਨੂੰ ਆਪਾਂ ਹੈਂਡ ਟੇਮ ਕਰਨਾ ਸੀ, ਉਹਨੂੰ ਐਵੇਂ ਦੀਆਂ ਟ੍ਰੇਨਿੰਗਾਂ ਦੇਣੀਆਂ ਸੀ ਤੇ ਜਦੋਂ ਤੁਸੀਂ ਉਹਦੀਆਂ ਟ੍ਰੇਨਿੰਗਾਂ ਦੇਖਣੀਆਂ ਸੀ ਨਾ ਤੁਸੀਂ ਵੀ ਯਾਰ ਹੈਰਾਨ ਹੋ ਜਾਣਾ ਸੀ, ਇਸੇ ਕਰਕੇ ਇੰਨਾ ਛੋਟਾ ਲੈ ਕੇ ਆਉਂਦਾ ਸੀ। ਪਰ ਸ਼ਾਇਦ ਮੈਨੂੰ ਲੱਗਦਾ ਨਾ ਬਾਈ ਗੱਬਰ ਦਾ ਨਾ ਜੋ ਵੀ ਦਾਣਾ ਪਾਣੀ ਯਾਰ ਆਪਣੇ ਨਸੀਬ ਦੇ ਵਿੱਚ ਨਹੀਂ ਸੀ ਇਹਦੇ ਵਿੱਚ। ਯਾਰ ਹੁਣ ਮੇਰੀ ਕੀ ਗਲਤੀ ਆ, ਗੱਬਰ ਨੇ ਆਪਣੇ ਕੋਲ ਮੈਨੂੰ ਲੱਗਦਾ 24 ਘੰਟੇ ਵੀ ਬਹੁਤ ਯਾਰ ਮੁਸ਼ਕਿਲ ਨਾਲ ਕੱਢੇ ਆ। ਔਰ ਬਾਈ ਆਪਣਾ ਗੱਬਰ ਯਾਰ ਆਪਾਂ ਨੂੰ ਛੱਡ ਕੇ ਜਾ ਚੁੱਕਿਆ ਤੇ ਤੁਸੀਂ ਮੈਨੂੰ ਹੌਸਲਾ ਦਿੱਤਾ ਨਾ ਵੀ ਬਾਈ ਕੋਈ ਗੱਲ ਨਹੀਂ ਆਪਾਂ ਹੋਰ ਗੱਬਰ ਲੈ ਕੇ ਆਵਾਂਗੇ, ਗੱਬਰ ਨਹੀਂ ਮੇਰੇ ਕਹਿਣ ਦਾ ਮਤਲਬ ਕੱਟਾ ਲੈ ਕੇ ਆਵਾਂਗੇ। ਹੁਣ ਧੁੱਪ ਨਿਕਲਣ ਲੱਗ ਗਈ, ਹੁਣ ਜੋ ਮੌਸਮ ਆ ਨਾ ਥੋੜ੍ਹਾ ਥੋੜ੍ਹਾ ਗਰਮ ਹੋਣ ਲੱਗ ਜਾਣਾ ਨਾ, ਜਿਵੇਂ ਦਾ ਮਰਜ਼ੀ ਆਪਾਂ ਕੱਟਾ ਲੈ ਕੇ ਆਈਏ ਕਿਸੇ ਵੀ ਕੱਟੇ ਨੂੰ ਕੁਛ ਵੀ ਨਹੀਂ ਹੋਊਗਾ ਮੈਨੂੰ ਪੂਰੀ ਉਮੀਦ ਆ। ਤੇ ਬਾਕੀ ਗੱਲ ਆਪਣੇ ਤੇ ਆਪਾਂ ਵੀ ਬਾਈ ਪੂਰੀ ਕੇਅਰ ਕਰਾਂਗੇ। ਯਾਰ ਮੇਰਾ ਭਤੀਜਾ ਇਹ ਕਹਿੰਦਾ ਸੀ ਵੀ ਜੋ ਇਹ ਸਰਾਜੀ ਕਬੂਤਰ ਨੇ ਨਾ ਬਾਕੀ ਚਾਹੇ ਸਾਰੇ ਕਬੂਤਰ ਦੇ ਦਿਓ ਵੀ ਇਹ ਸਰਾਜੀ ਕਬੂਤਰ ਕਿਸੇ ਨੂੰ ਵੀ ਨਾ ਦਿਓ ਕਿਉਂਕਿ ਯਾਰ ਸਰਾਜੀ ਕਬੂਤਰਾਂ ਦੇ ਨਾ ਪਤਾ ਨਹੀਂ ਯਾਰ ਉਹਦੇ ਪੈਸੇ ਲੱਗੇ ਹੋਏ ਆ ਐਵੇਂ ਕਹਿੰਦਾ ਸੀ। ਤੇ ਆਪਾਂ ਸਰਾਜੀ ਕਬੂਤਰਾਂ ਨੂੰ ਬਾਈ ਫੜਾਂਗੇ ਔਰ ਨਾ ਛੱਤ ਦੇ ਉੱਪਰ ਲੈ ਕੇ ਜਾਵਾਂਗੇ ਜਿੱਥੇ ਆਪਣੇ ਸਾਰੇ ਬਾਕੀ ਦੇ ਫੈਂਸੀ ਕਬੂਤਰ ਨੇ ਨਾ। ਜਦੋਂ ਬਾਈ ਆਪਣੇ ਆਪਣੇ ਦੋਸਤਾਂ ਨੂੰ ਦੇਖਣਗੇ ਨਾ ਉੱਥੇ ਜਾ ਕੇ ਬਹੁਤ ਜ਼ਿਆਦਾ ਖੁਸ਼ ਹੋਣਗੇ। ਇਹ ਤਾਂ ਯਾਰ ਪਿੰਜਰਾਂ ਨਾਲ ਤੰਗ ਆ ਤੇ ਬਾਕੀ ਦੇ ਕਬੂਤਰ, ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਕੋਈ ਬੰਦਾ ਦੇਖ ਲਾ ਆਪਦੇ ਦੇ ਯਾਰ, ਮੈਂ ਨਾ ਇੰਨੇ ਕਬੂਤਰਾਂ ਨੂੰ ਨਹੀਂ ਰੱਖ ਸਕਦਾ। ਕਿਉਂ ਤੁਸੀਂ ਮੈਨੂੰ ਕਮੈਂਟ ਕਰ ਦਿਓ ਵੀ ਬਾਈ ਸਾਰੇ ਕਬੂਤਰ ਰੱਖ ਲਾ ਯਾਰ। ਹੁਣ ਮੈਂ ਨਾ ਤੁਹਾਡੀ ਅੱਜ ਤੱਕ ਕਦੇ ਵੀ ਕਿਸੇ ਵੀ ਗੱਲ ਨੂੰ ਕੋਈ ਵੀ ਯਾਰ ਮਨਾ ਕਰਿਆ ਨਹੀਂ ਕਰਿਆ ਨਾ, ਜੋ ਤੁਸੀਂ ਕਹਿੰਦੇ ਹੋ ਮੈਂ ਤੁਹਾਡੀ ਹਰ ਇੱਕ ਗੱਲ ਮੰਨਦਾ। ਪਰ ਯਾਰ ਕਬੂਤਰਾਂ ਨੂੰ ਨਾ ਮੇਰੇ ਘਰ ਦੇ ਨਹੀਂ ਮੰਨਦੇ, ਘਰ ਦੇ ਕਹਿੰਦੇ ਆ ਤੇਰੇ ਕੋਲ ਬਹੁਤ ਜ਼ਿਆਦਾ ਕਬੂਤਰ ਹੋ ਜਾਣਾ। ਵੈਸੇ ਨਾ ਰਹਿ ਵੀ ਯਾਰ ਇਹ ਥੋੜ੍ਹੇ ਜਿਹੇ ਗਏ, ਤੁਸੀਂ ਦੇਖੋ ਇੱਕ ਇਹ ਲੱਕਾ ਰਹਿ ਗਿਆ, 3 ਇਹ ਰਹਿ ਗਏ ਤੇ ਔਰ ਬਾਈ 3 ਇਹ 6 7 ਅਜੋ ਵੀ ਫੈਂਸੀ ਕਬੂਤਰੋ, ਤੁਹਾਡੀ ਤਾਂ ਜ਼ਿੰਦਗੀ ਇੰਨੀ ਵਧੀਆ ਨਿਕਲਣੀ ਹੈ ਨਾ ਛੱਤ ਦੇ ਉੱਪਰ ਕਿਉਂਕਿ ਤੁਹਾਨੂੰ ਨਾ ਘਰ ਬਹੁਤ ਖੁੱਲ੍ਹਾ ਡੁੱਲਾ ਮਿਲ ਜਾਣਾ। ਇਹ ਸਰਾਜੀ ਕਬੂਤਰ ਨਾ ਬਹੁਤ ਬਾਈ ਤਾਕਤਵਰ ਨੇ ਔਰ ਬਹੁਤ ਵੱਡੇ ਨੇ ਤੇ ਮੈਂ ਹੱਥ ਦੇ ਵਿੱਚ ਫੜ ਕੇ ਨਾ ਤੁਹਾਨੂੰ ਦਿਖਾਉਣਾ, ਫਿਰ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਦੇਖੋ ਕਿੰਨੇ ਮੋਟੇ ਮੋਟੇ ਆ ਯਾਰ। ਤੇ ਇਹਨੂੰ ਮੈਂ ਐਵੇਂ ਫੜ ਲੈਂਦਾ ਠੀਕ ਆ, ਤੇ ਦੋਨਾਂ ਨੂੰ ਇਕੱਠਿਆਂ ਨੂੰ ਲੈ ਕੇ ਚੱਲਦੇ ਆ ਯਾਰ, ਫਿਰ ਮੈਂ ਛੱਤ ਦੇ ਉੱਪਰ ਆਉਣਾ, ਫਿਰ ਛੱਤ ਦੇ ਉੱਪਰ ਜਾਣਾ ਯਾਰ, ਐਵੇਂ ਨਾ ਮੁਸ਼ਕਿਲ ਕੰਮ ਆ। ਆ ਜਾ ਆ ਜਾ ਵੀ ਆ ਜਾ, ਇਹ ਆ ਲਓ ਆਜੋ ਯਾਰ। ਕਿਉਂ ਬਾਈ ਭੱਜਦਾ, ਤੇਰੇ ਨਾਲ ਦੇ ਉੱਥੇ ਦੋਸਤ ਹੈਗੇ ਆ। ਹਾਂ ਤੇ ਹੁਣ ਆਪਾਂ ਇਹ ਗੇਟ ਕਰ ਦਿੰਦੇ ਆ ਬੰਦ ਕਿਉਂਕਿ ਇੱਥੇ ਨਾ ਬਿੱਲਾ ਯਾਰ ਫਿਰਦਾ, ਬਿੱਲੇ ਦਾ ਕੁਛ ਨਹੀਂ ਪਤਾ ਕਿਹੜੇ ਵਕਤ ਆਵੇ। ਹੋਰ ਕਿਤੇ ਆਪਾਂ ਘਰ ਚਲੇ ਜਾਈਏ, ਉਸ ਤੋਂ ਬਾਅਦ ਇੱਥੇ ਆ ਕੇ ਦੇਖੀਏ ਨਾ ਆਪਾਂ ਨੂੰ ਵਿਚਾਰੇ ਕਬੂਤਰੇ ਨਾ ਮਿਲਣ, ਹੋਰ ਕਿਤੇ ਆਪਣੇ ਤੋਂ ਪਾਪ ਹੋ ਜੇ ਯਾਰ। ਇੱਕ ਮਿੰਟ ਬਾਈ ਇੱਕ ਮਿੰਟ ਯਾਰ, ਹੁਣ ਮੈਂ ਛੱਤ ਦੇ ਉੱਪਰ ਪਹੁੰਚ, ਨਾਲੇ ਚਲੋ ਯਾਰ ਤੁਸੀਂ ਵੀ ਆ ਆ। ਫਿਰ ਤੁਸੀਂ ਕਹਿਣਾ ਬਾਈ ਇਕੱਲਾ ਛੱਤ ਦੇ ਉੱਪਰ ਚਲਿਆ ਗਿਆ। ਇਹ ਇੱਕ ਕਬੂਤਰ ਗਿਆ, ਉਹ ਗਿਆ ਯਾਰ ਦੇਖੋ, ਤੇ ਆ ਗਿਆ ਦੂਜਾ ਕਬੂਤਰ। ਯਾਰ ਇਹਦੇ ਵਿੱਚ ਮੈਨੂੰ ਇਹ ਨਹੀਂ ਪਤਾ ਕਿਹੜਾ ਮੇਲ ਆ ਔਰ ਬਾਈ ਕਿਹੜੀ ਫੀਮੇਲ ਆ, ਦੇਖਣ ਨੂੰ ਤਾਂ ਮੈਨੂੰ ਇਹ ਫੀਮੇਲ ਲੱਗਦੀ ਆ। ਤੇ ਯਾਰ ਤੁਸੀਂ ਇਹ ਦੇਖੋ ਇੱਥੇ ਨਾ ਕਿੰਨੀ ਸਫਾਈ ਆ, ਮੈਂ ਆਪਣੇ ਕਬੂਤਰਾਂ ਵਿੱਚ ਨਾ ਬਿਲਕੁਲ ਵੀ ਯਾਰ ਗੰਦ ਨਹੀਂ ਰਹਿਣ ਦਿੰਦਾ, ਜਦੋਂ ਮੈਨੂੰ ਲੱਗਦਾ ਨਾ ਥੋੜਾ ਨਾਲ ਦੀ ਨਾਲ ਬਾਈ ਸਾਫ਼। ਦੇਖੋ ਆਪਣੇ ਕਬੂਤਰ ਹੈਗੇ ਆ ਨਾ ਸਾਫ਼ ਸਾਫ਼, ਦੇਖੋ ਯਾਰ
ਕਿਉਂਕਿ ਆਪਣੇ ਕਬੂਤਰ ਮੈਨੂੰ ਬਹੁਤ ਜ਼ਿਆਦਾ ਪਿਆਰੇ ਲੱਗਦੇ ਆ। ਫਿਲਹਾਲ ਜੋ ਤੁਹਾਡੇ ਬਾਈ ਕਬੂਤਰ ਰੱਖੇ ਹੋਏ ਤੁਹਾਨੂੰ ਵੀ ਤਾਂ ਪਿਆਰੇ ਲੱਗਦੇ ਹੋਣਗੇ ਨਾ, ਆਪਦਾ ਆਪਦਾ ਪਰਿੰਦਾ ਬਾਈ ਪਿਆਰਾ ਹੀ ਲੱਗਦਾ ਹੁੰਦਾ, ਤੇ ਤੁਸੀਂ ਤਾਂ ਮੇਰੇ ਪਰਿੰਦਿਆਂ ਨੂੰ ਨਾ ਆਪਦੇ ਪਰਿੰਦੇ ਸਮਝ ਕੇ ਯਾਰ ਤੁਸੀਂ ਜੋ ਵੀ ਮੈਨੂੰ ਕਮੈਂਟ ਕਰਦੇ ਹੋ ਤਾਂ ਤੁਸੀਂ ਮੈਨੂੰ ਕਮੈਂਟ ਬਾਈ ਬਹੁਤ ਨਾ ਸੋਚ ਸਮਝ ਕੇ ਕਰਦੇ ਹੋ। ਮੈਂ ਤੁਹਾਡਾ ਨਾ ਸਾਰਿਆਂ ਦੇ ਯਾਰ ਤਕਰੀਬਨ ਤੁਹਾਡੇ ਸਭ ਦੇ ਇਕੱਲਾ ਇਕੱਲਾ ਕਮੈਂਟ ਯਾਰ ਪੂਰਾ ਨਾ ਧਿਆਨ ਨਾਲ ਪੜ੍ਹਦਾ ਤੇ ਮੈਨੂੰ ਖੁਸ਼ੀ ਵੀ ਬਹੁਤ ਹੁੰਦੀ ਹੈ ਜਦੋਂ ਮੈਂ ਤੁਹਾਡੇ ਸਭ ਦੇ ਕਮੈਂਟ ਪੜ੍ਹਦਾ ਯਾਰ। ਇਹ ਹਾਂ ਯਾਰ ਇੱਕ ਨਾ ਹੁਣ ਮੇਰੇ ਯਾਦ ਆ ਗਿਆ, ਇਹ ਬੱਚਿਆਂ ਨੂੰ ਦੇਖ ਕੇ ਇੱਕ ਬਾਈ ਸੈਡ ਨਿਊਜ਼ ਆ ਯਾਰ, ਜੋ ਨਾ ਸੈਂਟੀਗ੍ਰੇਡ ਦੇ ਦੋਨੋਂ ਬੱਚੇ ਨਿਕਲੇ ਸੀ ਤੇ ਇੱਕ ਦਿਨ ਮੈਂ ਬਲੌਗ ਦੇ ਵਿੱਚ ਇੱਕ ਬੱਚਾ ਦਿਖਾਇਆ ਸੀ ਨਾ, ਉਹਦੇ ਮਾਂ ਬਾਪਾ ਹੀ ਬੱਚੇ ਨੂੰ ਬਿਲਕੁਲ ਵੀ ਯਾਰ ਦਾਣਾ ਨਹੀਂ ਦਿੰਦੇ ਸੀ। ਬੱਚਾ ਨਾ ਬਹੁਤ ਹੀ ਜ਼ਿਆਦਾ ਯਾਰ ਕਮਜ਼ੋਰ ਸੀ, ਉਹ ਯਾਰ ਬੱਚਾ ਹੋ ਗਿਆ ਯਾਰ ਡੈਡ। ਮੈਨੂੰ ਨਾ ਸੈਂਟੀਗ੍ਰੇਡ ਦੇ ਉਹ ਬੱਚੇ ਦਾ ਬਹੁਤ ਜ਼ਿਆਦਾ ਦੁੱਖ ਹੋਇਆ ਕਿਉਂਕਿ ਆਪਣੇ ਸੈਟਅਪ 'ਤੇ ਨਾ ਹੁਣ ਤੱਕ ਆਪਾਂ ਕਦੇ ਵੀ ਯਾਰ ਸੈਂਟੀਗ੍ਰੇਡ ਦੇ ਬੱਚੇ ਨਹੀਂ ਦੇਖ ਸਕੇ। ਮੈਨੂੰ ਤਾਂ ਇਸ ਵਾਰ ਖੁਸ਼ੀ ਸੀ ਕਿਉਂਕਿ ਉਹ ਸੈਂਟੀਗ੍ਰੇਡ ਦਾ ਬੱਚਾ ਥੋੜ੍ਹਾ ਜਿਹਾ ਵੱਡਾ ਹੋ ਗਿਆ ਸੀ ਅਤੇ ਮੈਨੂੰ ਇਹ ਲੱਗਦਾ ਸੀ ਵੀ ਇਸ ਵਾਰ ਉਹ ਸੈਂਟੀਗ੍ਰੇਡ ਦੇ ਬੱਚੇ ਨੂੰ ਕੁਛ ਵੀ ਨਹੀਂ ਹੋਊਗਾ। ਪਰ ਯਾਰ ਜਦੋਂ ਮੈਂ ਸਵੇਰੇ ਸਵੇਰੇ ਆ ਕੇ ਦੇਖਿਆ ਨਾ ਬਈ ਉਹ ਬੱਚਾ ਨਾ ਯਾਰ ਮੈਨੂੰ ਇੱਥੇ ਢਿੱਡ ਮਿਲਿਆ, ਫਿਰ ਮੈਂ ਕੁਛ ਇਹ ਕਰਿਆ ਅਤੇ ਜੋ ਇੱਥੇ ਦੋ ਬੱਚੇ ਪਏ ਸੀ ਨਾ ਉਹਨਾਂ ਦੇ ਵਿੱਚੋਂ ਇੱਕ ਬੱਚਾ ਚੱਕ ਕੇ ਇੱਥੇ ਰੱਖਤਾ ਕਿਉਂਕਿ ਜੋ ਇੱਥੇ ਵਾਲੇ ਕਬੂਤਰ ਨੇ ਨਾ ਉਹ ਬਈ ਆਪਦੇ ਬੱਚਿਆਂ ਨੂੰ ਯਾਰ ਦਾਣਾ ਪੂਰਾ ਦਿੰਦੇ ਸੀ। ਇੱਕ ਮੈਂ ਤੁਹਾਡੇ ਨਾਲ ਹੋਰ ਗੱਲ ਸ਼ੇਅਰ ਕਰਦਾ ਯਾਰ, ਮੇਰੇ ਭਤੀਜੇ ਕੋਲ ਨਾ ਜੋ ਆਪਣੇ ਕੋਲ ਬਾਈ ਲੱਠਾ ਕਬੂਤਰ ਆ ਉਹਦੇ ਕੋਲ ਮੇਲ ਔਰ ਫੀਮੇਲ ਵੀ ਹੈਗੇ ਆ ਅਤੇ ਉਹਨਾਂ ਦੇ ਬੱਚੇ ਆ ਨਾ, ਬੱਚੇ ਨਹੀਂ ਸੋਰੀ ਮੈਨੂੰ ਲੱਗਦਾ ਸ਼ਾਇਦ ਉਹਨਾਂ ਦਾ ਇੱਕ ਬੱਚਾ, ਅਤੇ ਉਹਨੂੰ ਮੈਂ ਕਿਹਾ ਵੀ ਥੋੜ੍ਹਾ ਜਿਹਾ ਜਦੋਂ ਬੱਚਾ ਵੱਡਾ ਹੋ ਗਿਆ ਨਾ ਅਤੇ ਤੂੰ ਮੈਨੂੰ ਦੱਸ ਦੀ ਵੀ ਮੈਂ ਤੇਰੇ ਕੋਲੋਂ ਮੇਲ ਵੀ ਲੈ ਜੂੰਗਾ ਔਰ ਬਈ ਮੈਂ ਤੇਰੇ ਕੋਲੋਂ ਫੀਮੇਲ ਵੀ ਲੈ ਜੂੰਗਾ। ਯਾਰ ਵੈਸੇ ਨਾ ਕੀ ਕਰਾਂ ਯਾਰ, ਪਤਾ ਮੇਰੇ ਹੁਣ ਦਿਮਾਗ ਦੇ ਵਿੱਚ ਕੀ ਗੱਲ ਆਈ ਆ ਵੀ ਜੇ ਘਰਦਿਆਂ ਨੇ ਦੇਖ ਲਿਆ ਨਾ ਘਰਦਿਆਂ ਨੇ ਕਹਿਣਾ ਤੂੰ ਇੱਥੋਂ ਕਬੂਤਰ ਲਿਆ ਉੱਧਰ ਰੱਖੀ ਜਾਂਦਾ ਯਾਰ, ਤਾਂ ਕਰਕੇ ਮੈਨੂੰ ਥੋੜ੍ਹਾ ਜਿਹਾ ਡਰ ਲੱਗਦਾ। ਜਿਵੇਂ ਤੁਸੀਂ ਕਹਿੰਦੇ ਹੋ ਬਾਈ ਸਾਰੇ ਕਬੂਤਰ ਲੈ ਛੱਤ ਦੇ ਉੱਪਰ, ਮੈਂ ਤਾਂ ਸਾਰੇ ਲੈ ਆਊਂ ਯਾਰ, ਪਰ ਮੈਂ ਕੀ ਕਰ ਸਕਦਾ, ਮੈਂ ਮਜਬੂਰ ਆ ਬਾਈ। ਆ ਗਿਆ ਵੀ ਪਾਣੀ ਲੈ ਕੇ। ਤੇ ਹੁਣ ਇਹਨਾਂ ਨੂੰ ਆਪਾਂ ਦਾਣਾ ਵੀ ਰੱਖ ਦਿੰਦੇ ਆ ਯਾਰ, ਇਹਨਾਂ ਦੀ ਟ੍ਰੇ ਰੈਡੀ ਕਰਦਾ। ਇਹ ਪਈ ਆ ਟ੍ਰੇ ਯਾਰ, ਕੀ ਪਤਾ ਯਾਰ ਕੱਲ ਨੂੰ ਵੀ ਐਵੇਂ ਦੀ ਧੁੱਪ ਨਿਕਲੇ ਫਿਰ ਆਪਾਂ ਆਪਣੇ ਸਾਰੇ ਕਬੂਤਰਾਂ ਨੂੰ ਬਾਹਰ ਕੱਢਾਂਗੇ। ਜੋ ਆਪਣੇ ਉਡਾਰੀ ਵਾਲੇ ਕਬੂਤਰ ਨੇ ਬਾਈ ਉਹਨਾਂ ਨੂੰ ਵੀ ਬਾਹਰ ਕੱਢਾਂਗੇ ਕਿਉਂਕਿ ਉਹ ਵੀ ਬਾਈ ਧੁੱਪ ਦੀ ਵੇਟ ਕਰਦੇ ਆ। ਇਹ ਪਿਆ ਯਾਰ ਡੱਬੇ, ਇਹਦੇ ਵਿੱਚ ਦਾਣਾ ਔਰ ਬਾਈ ਇਹਦੇ ਵਿੱਚ ਆ ਬਾਜਰਾ ਯਾਰ। ਪਹਿਲਾਂ ਆ ਲਓ ਓਏ ਓਏ, ਬਹੁਤ ਆ ਯਾਰ ਦਾਣਾ ਤਾਂ ਇਹਦੇ ਵਿੱਚ ਪਹਿਲਾਂ ਹੀ ਹੈਗਾ ਸੀ, ਥੋੜਾ ਜਿਹਾ ਦਾਣਾ ਆਪਾਂ ਹੋਰ ਪਾ ਦਿੰਦੇ ਆ। ਇੱਕ ਮਿੰਟ ਬਾਈ ਡੱਬੇ, ਇੱਕ ਮਿੰਟ। ਦੇਖਿਆ ਤੁਸੀਂ ਕਦੇ ਇਹ ਐਵੇਂ ਦਾ ਬੰਦਾ, ਜਾਨਵਰਾਂ ਨਾਲ ਤਾਂ ਬੰਦਾ ਤੁਸੀਂ ਨਾ ਗੱਲਾਂ ਕਰਦਾ ਦੇਖਿਓ, ਮੈਂ ਡੱਬੇ ਨਾਲ ਵੀ ਗੱਲਾਂ ਕਰਦਾ ਯਾਰ। ਆ ਦੇਖੋ ਡੱਬੇ ਲੱਗ ਜਾ। ਹੁਣ ਇਹਨਾਂ ਦੀ ਆਹ ਰੱਖਤੀ ਆਪਾਂ ਟਰੇ, ਤੇ ਹੁਣ ਜੋ ਇਹਨਾਂ ਦਾ ਪਾਣੀ ਆਪਾਂ ਕੱਢ ਦਿੰਦੇ ਹਾਂ ਬਾਹਰ। ਹੁਣ ਦੇਖੋ ਆਪਣੇ ਸਾਰੇ ਕਬੂਤਰ, ਉਹ ਦੇਖੋ ਯਾਰ ਸਰਾਜੀ ਕਬੂਤਰ ਬਾਈ ਦਾਣਾ ਖਾਣ ਲੱਗ ਗਏ ਯਾਰ। ਇਹਨਾਂ ਨੇ ਤਕਰੀਬਨ ਦਾਣਾ ਖਾਣ ਨੂੰ ਨਾ 30-40 ਮਿੰਟ ਯਾਰ ਲਾ ਦੇਣੇ ਆ ਇੱਥੇ। ਤੇ ਹੁਣ ਇਹ ਕਬੂਤਰਾਂ ਨੂੰ ਆਪਾਂ ਦੱਸ ਦਿੰਦੇ ਹਾਂ ਬਾਈ ਤੁਹਾਡੇ ਨਾਲ ਦੇ ਨਾ ਜੋ ਤੁਹਾਡੇ ਬੱਚੇ ਨੇ, ਤੁਹਾਡੇ ਬੱਚੇ ਉਹ ਸਾਰੇ ਜਾਲ ਦੇ ਵਿੱਚ ਨੇ, ਠੀਕ ਆ। ਤੇ ਜਦੋਂ ਧੁੱਪ ਖਤਮ ਹੋ ਗਈ ਫਿਰ ਮੈਂ ਤੁਹਾਡੇ ਬੱਚਿਆਂ ਨੂੰ ਲੈ ਕੇ ਆਊਂਗਾ, ਫਿਰ ਮੈਂ ਤੁਹਾਨੂੰ ਸਭ ਨੂੰ ਦਾਣਾ ਪਾਊਂਗਾ। ਹੋਏ 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 ਯਾਰ, ਬਹੁਤ ਖੁਸ਼ੀ ਵਾਲੀ ਗੱਲ ਆ। ਮੈਂ ਇੱਥੋਂ ਨਾ ਇਹ ਗੱਲ ਕਹਿ ਕੇ ਕਬੂਤਰਾਂ ਨੂੰ ਵੀ ਤੁਸੀਂ ਕੁਛ ਕੁ ਟਾਈਮ ਵੇਟ ਕਰੋ ਤੁਹਾਨੂੰ ਦਾਣਾ ਮਿਲੂਗਾ, ਮੈਂ ਇੱਥੋਂ ਬਾਹਰ ਜਾਣ ਲੱਗਿਆ ਸੀ, ਮੇਰੀ ਅਚਾਨਕ ਨਾ ਬਾਈ ਸੈਂਟੀਨੇਟ ਕਬੂਤਰੀ ਵੱਲ ਗਈ ਤੇ ਸੈਂਟੀਨੇਟ ਕਬੂਤਰੀ ਦੇ ਥੱਲੇ ਇੱਕ ਬੱਚਾ ਅੰਡੇ ਦੇ ਵਿੱਚੋਂ ਬਾਹਰ ਆ ਗਿਆ ਬਈ, ਆ ਗਿਆ। ਇਹ ਬਹੁਤ ਖੁਸ਼ੀ ਵਾਲੀ ਗੱਲ ਆ ਤੇ ਆਪਾਂ ਯਾਰ ਥੋੜ੍ਹਾ ਜਿਹਾ ਨਾ ਬੱਚੇ ਨੂੰ ਦੇਖ ਲੈਂਦੇ ਹਾਂ। ਤੇ ਮੈਂ ਵੈਸੇ ਨਾ ਬਿਲਕੁਲ ਵੀ
ਹੱਥ ਤਾਂ ਯਾਰ ਬੱਚਿਆਂ ਨੂੰ ਨਹੀਂ ਲਾਉਂਦਾ ਤੇ ਇਹ ਤਾਂ ਇੱਕ ਮੈਂ ਤੁਹਾਨੂੰ ਦਿਖਾਉਣਾ ਹੁੰਦਾ, ਇਸੇ ਕਰਕੇ ਫਿਰ ਤੁਹਾਨੂੰ ਪਤਾ ਲੱਗ ਜੂਗਾ ਨਾ, ਕਿਉਂਕਿ ਯਾਰ ਐਵੇਂ ਆ ਜੋ ਵੀ ਆਪਣੇ ਸੈਟਅਪ ਤੇ ਹੁੰਦਾ ਨਾ, ਜੇ ਤੁਹਾਨੂੰ ਕੱਲੀ ਕੱਲੀ ਗੱਲ ਦਾ ਨਾ ਪਤਾ ਲੱਗੇ ਫਿਰ ਤੁਹਾਨੂੰ ਵੀ ਨਾ ਬਲੌਗ ਦੇਖਣਾ ਯਾਰ ਇੰਨਾ ਵਧੀਆ ਜਿਹਾ ਨਹੀਂ ਲੱਗਦਾ ਹੋਣਾ, ਜੇ ਤੁਹਾਨੂੰ ਕੱਲੀ ਕੱਲੀ ਗੱਲ ਪਤਾ ਹੋਊਗੀ ਨਾ ਫਿਰ ਤੁਹਾਨੂੰ ਬਲੌਗ ਦੇਖਣਾ ਬਹੁਤ ਪਿਆਰਾ ਲੱਗੂਗਾ। ਇਸੇ ਕਰਕੇ ਹੁਣ ਮੈਂ ਤੁਹਾਨੂੰ ਸੈਂਟੀਨੇਟਾਂ ਦੇ ਬੱਚੇ ਦਿਖਾ ਦਿੰਦਾ, ਤੁਹਾਨੂੰ ਵੀ ਫਿਰ ਪਤਾ ਇਹ ਲੱਗੂਗਾ ਨਾ ਵੀ ਆਪਣੇ ਸੈਂਟੀਨੇਟਾਂ ਦੇ ਬੱਚੇ ਕਦੋਂ ਆਂਡੇ ਦੇ ਵਿੱਚੋਂ ਬਾਹਰ ਆਏ ਸੀ। ਹੁਣ ਸੈਂਟੀਨੇਟਰ ਬੱਚੇ ਮੰਨ ਲਓ ਅੱਜ ਆਂਡੇ ਦੇ ਵਿੱਚੋਂ ਬਾਹਰ ਆ ਗਏ, ਮੈਂ ਤੁਹਾਨੂੰ ਦਿਖਾਵਾਂ 3-4 ਦਿਨ ਬਾਅਦ, ਉਹ ਫਿਰ ਗੱਲ ਜੀ ਨਹੀਂ ਬਣਦੀ ਯਾਰ, ਜਦੋਂ ਮੈਂ ਦੇਖਿਆ ਉਦੋਂ ਹੀ ਮੈਂ ਤੁਹਾਨੂੰ ਦਿਖਾਵਾਂ। ਹਾਂ ਸੈਂਟੀਨੇਟ ਫੀਮੇਲ ਸਿਰਫ ਕੁਛ ਕੁ ਸੈਕਿੰਡ ਲਈ ਤੈਨੂੰ ਮੈਂ ਤੰਗ ਕਰਨਾ, ਕਿਉਂਕਿ ਜਦੋਂ ਵੀ ਮੈਂ ਤੁਹਾਨੂੰ ਕਬੂਤਰਾਂ ਦੇ ਬੱਚੇ ਦਿਖਾਉਂਦਾ ਹੁੰਦਾ ਨਾ, ਮੈਂ ਹਰ ਵਾਰ ਇਹੀ ਗੱਲ ਕਹਿਣਾ ਹੁੰਦਾ। ਇੱਕ ਹੋਰ ਯਾਰ ਮੇਰੇ ਯਾਦ ਆ ਗਿਆ ਯਾਰ, ਮੇਰੇ ਬਿਲਕੁਲ ਵੀ ਕੀ ਯਾਦ ਆ ਗਿਆ, ਜੋ ਆਪਾਂ ਬੱਚਾ ਹੈਂਡ ਟੇਮ ਕਰਨਾ ਬਾਈ, ਤੇ ਤੁਸੀਂ ਮੈਨੂੰ ਕਮੈਂਟ ਕਰਿਆ ਵੀ ਬਾਈ ਆਪਾਂ ਬੱਚੇ ਦਾ ਨਾਮ ਕੀ ਰੱਖਣਾ, ਤੂਫਾਨ ਰੱਖਣਾ ਯਾਰ, ਫਿਰ ਮੈਂ ਤੁਹਾਡੇ ਕਹਿ ਦੇਣਾ ਕਿਉਂਕਿ ਫਿਰ ਆਪਾਂ ਤੂਫਾਨ ਹੀ ਰੱਖਾਂਗੇ, ਠੀਕ ਆ, ਤੇ ਤੁਹਾਨੂੰ ਮੈਂ ਨਾਰਾਜ਼ ਨਹੀਂ ਕਰੂੰਗਾ ਯਾਰ। ਤੇ ਉਹ ਮੈਂ ਤੁਹਾਨੂੰ ਬੱਚੇ ਦਿਖਾਉਣੇ ਆ ਹੈਂਡ ਟੇਮ ਵਾਲੇ, ਬੱਚੇ ਨਹੀਂ ਬੱਚਾ ਦਿਖਾਉਣਾ, ਹੈ ਤਾਂ ਦੋਨੋਂ ਨੇ ਨਾ, ਫਿਰ ਦੇਖੇਗਾ ਦੋਨੋਂ, ਹੁਣ ਇਕੱਲਾ ਬੱਚਾ ਥੋੜ੍ਹੀ ਦਿਖਾਊਂਗਾ ਯਾਰ। ਇੱਕ ਮਿੰਟ ਸੈਂਟੀਨੇਟ, ਇੱਕ ਮਿੰਟ, ਉਹ ਯਾਰ ਕੁਛ ਵੀ ਨਹੀਂ ਕਿਹਾ, ਇੱਕ ਬੱਚਾ ਨਹੀਂ, ਦੋਨੋਂ ਆ ਗਏ। ਤੈਨੂੰ ਸੈਂਟੀਨੇਟ ਫੀਮੇਲ ਨੂੰ ਯਾਰ ਇੱਥੇ ਆਪਾਂ ਛੱਡ ਦਿੰਦੇ ਹਾਂ, ਅੱਜ ਤੱਕ ਬਾਈ ਆਪਣੇ ਸੈਟਅਪ ਤੇ ਕਦੇ ਨਹੀਂ ਆਇਆ ਹੋਇਆ ਵੀ ਕਬੂਤਰੀ ਨੇ ਦੋ ਆਂਡੇ ਦਿੱਤੇ, ਦੋਨਾਂ ਦੇ ਵਿੱਚੋਂ ਬੱਚੇ ਨਾ ਬਾਹਰ ਆਉਣ, ਦੋਨਾਂ ਦੇ ਵਿੱਚੋਂ ਬਾਈ ਬੱਚੇ ਬਾਹਰ ਆਉਂਦੇ ਆ, ਇਹ ਬਹੁਤ ਯਾਰ ਖੁਸ਼ੀ ਵਾਲੀ ਗੱਲ ਆ ਤੇ ਬਹੁਤ ਵਧੀਆ ਸਾਈਨ ਆ ਯਾਰ। ਹਾਂ ਦੇਖੋ ਯਾਰ ਬੱਚਿਆਂ ਦੇ ਇਹ ਨਾ ਬਾਈ 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 ਖੰਭ ਬਿਲਕੁਲ ਵਾਈਟ ਵਾਈਟ ਆਉਂਦੇ ਆ, ਇਹੀ ਤਾਂ ਆਪਾਂ ਚਾਹੁੰਦੇ ਸੀ ਨਾ ਵੀ ਬੱਚੇ ਵਾਈਟ ਹੋਣ। ਆ ਵੀ ਦੇਖੋ, ਔਰ ਬਾਈ ਆ ਵੀ ਦੇਖੋ, ਜੇ ਬਾਕੀ ਤੁਸੀਂ ਮੈਨੂੰ ਕਮੈਂਟ ਕਰੇਗੇ ਹੋ ਨਾ ਵੀ ਬਾਈ ਦੋ ਬੱਚੇ ਹੈਂਡ ਟੇਮ ਕਰ ਲਾ, ਤੁਸੀਂ ਮੈਨੂੰ ਹੌਸਲਾ ਦੇਵੋਗੇ ਫਿਰ ਮੈਂ ਦੋਨੋਂ ਬੱਚੇ ਹੈਂਡ ਟੇਮ ਕਰ ਲੂੰਗਾ, ਠੀਕ ਆ। ਤੇ ਹੁਣ ਇਹ ਬੱਚੇ ਨੂੰ ਆਪਾਂ ਇੱਥੇ ਰੱਖਿਓ, ਕਿਉਂਕਿ ਬਾਈ ਜ਼ਮੀਨ ਠੰਡੀ ਆ। ਆ ਦੇਖੋ ਦੋਨੋਂ ਬੱਚਿਆਂ ਦੀ ਗਰੋਥ ਇੱਕ ਬਰਾਬਰ ਹੋ ਰਹੀ ਆ, ਇਹਦਾ ਮਤਲਬ ਕੀ ਆ ਬਾਈ, ਮਾਂ ਬਾਪ ਨਾ ਬੱਚਿਆਂ ਦੀ ਬਹੁਤ ਵਧੀਆ ਕੇਅਰ ਕਰਦੇ ਆ, ਠੀਕ ਆ। ਤੇ ਹੁਣ ਆਪਾਂ ਇੱਥੋਂ ਚੱਲਦੇ ਆ ਬਾਹਰ ਯਾਰ। ਉਹ ਦੇਖੋ ਬਾਈ ਆਪਣੇ ਸਾਰੇ ਨਾ ਫੈਂਸੀ ਕਬੂਤਰ ਦਾਣਾ ਖਾਂਦੇ ਆ, ਬਹੁਤ ਪਿਆਰੇ ਲੱਗਦੇ ਆ ਯਾਰ। ਹੁਣ ਆਪਾਂ ਉਰੇ ਆਵਾਂਗੇ ਉਦੋਂ ਜਦੋਂ ਬਾਈ ਉਹ ਕਬੂਤਰਾਂ ਦੇ ਸਾਰੇ ਬੱਚੇ ਨਾ ਆਪਾਂ ਅੰਦਰ ਕਰਾਂਗੇ, ਨਾਲ ਦੀ ਨਾਲ ਫਿਰ ਤੁਸੀਂ ਬੱਚੇ ਵੀ ਦੇਖ ਲੇਗੇ ਸਾਰੇ, ਔਰ ਦੂਜੀ ਗੱਲ ਫਿਰ ਆਪਾਂ ਵਲੌਗ ਦਾ ਕਰ ਦਾਂਗੇ ਬਾਈ ਐਂਡ ਯਾਰ। ਉਧਰੋਂ ਮੈਂ ਇੱਧਰ ਆਇਆ ਸੀ ਤੇ ਮੇਰੀ ਅਚਾਨਕ ਨਿਗਾਹ ਉਹ ਦੇਖੋ ਬਾਜ ਬੈਠਾ ਯਾਰ, ਉਹ ਦੇਖੋ ਦੇਖਦਾ, ਹੋਏ ਹੋ ਬਾਈ ਜੀ ਆਪਣੇ ਬਾਜ ਇਹ ਪੱਕਾ ਆਉਣ ਲੱਗ ਗਿਆ ਨਾ ਯਾਰ, ਬਹੁਤ ਵਧੀਆ ਹੋ ਜੂਗਾ। ਤੇ ਆਪਾਂ ਬਾਜ ਨੂੰ ਬਈ ਬਿਲਕੁਲ ਵੀ ਕੁਛ ਨਹੀਂ ਕਹਾਂਗੇ, ਹੌਲੀ ਹੌਲੀ ਕਰਕੇ ਇਹਨੂੰ ਇੱਥੇ ਆਉਣ ਦੀ ਆਦਤ ਪੈ ਜੂ, ਕਿਉਂਕਿ ਇੱਥੇ ਬਹੁਤ ਜ਼ਿਆਦਾ ਚੂਹੇ ਨੇ ਯਾਰ, ਮੈਨੂੰ ਲੱਗਦਾ ਸ਼ਾਇਦ ਇਹਨੂੰ ਕੋਈ ਚੂਹਾ ਦੇਖ ਗਿਆ ਹੋਊਗਾ। ਤੇ ਹੁਣ ਬਾਈ ਇਹ ਫੜਨ ਦੀ ਨਾ ਉਹਨੂੰ ਤਿਆਰੀ ਦੇ ਵਿੱਚ ਆ, ਆਰਾਮ ਨਾਲ ਬੈਠਾ, ਇਹਨੂੰ ਅੱਜ ਵੀ ਆਪਾਂ ਕੁਛ ਨਹੀਂ ਕਹਾਂਗੇ, ਕੱਲੂ ਆਇਆ ਕੱਲੂ ਵੀ, ਮੇਰੇ ਕਹਿਣ ਦਾ ਮਤਲਬ 4-5 ਦਿਨ ਕੁਛ ਨਹੀਂ ਕਹਾਂਗੇ, ਆਦਤ ਹੋ ਜੂ, ਫਿਰ ਹੌਲੀ ਹੌਲੀ ਕਰਕੇ ਨਾ ਕੋਈ ਐਵੇਂ ਦਾ ਕੋਈ ਤਰੀਕਾ ਆਪਾਂ ਸੋਚਾਂਗੇ ਤੇ ਫਿਰ ਇਹਨੂੰ ਬਾਈ ਆਪਾਂ ਫੜਾਂਗੇ ਯਾਰ। ਵੈਸੇ ਆਪਾਂ ਬਾਜ ਨੂੰ ਰੱਖ ਸਕਦੇ ਹਾਂ। ਓਏ ਬਈ ਤੂੰ ਕਬੂਤਰ ਦਾ ਕਿਸੇ ਦਾ ਖੰਭ ਖੁੰਭ ਨਾ ਯਾਰ ਕੱਢ ਕੇ ਖਾ ਜੀ, ਚੱਲ ਉਧਰ ਯਾਰ। ਇਹ ਅਰਮਾਨ ਕਾ ਬਿੱਲਾ ਦੇਖੋ, ਕਬੂਤਰ ਦੀ ਨਾ ਕਿਸੇ ਦੀ ਬੇਟ ਕਿਸੇ ਦੇ ਖੰਭ ਖੁੰਭ ਤਾਂ ਨਹੀਂ ਕੱਢਤੇ, ਸਾਰੇ ਕਬੂਤਰ ਆਪਣੇ ਡਰ ਗਏ ਯਾਰ, ਚੱਲਿਆ ਗਿਆ ਦੇਖਤਾ, ਹੁਣ ਇਹਨੂੰ ਭਜਾਉਣਾ ਪੈਣਾ। ਚੱਲ ਉਧਰ, ਚੱਲ 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 ਇੱਥੇ ਨਾ ਹੀ ਤੇ ਘਰ ਤੋਂ ਯਾਰ ਮੈਂ ਹੁਣ ਇੱਥੇ ਆ ਚੁੱਕਿਆ, ਇਹਨਾਂ ਨੂੰ ਆਪਾਂ ਬਾਅਦ ਵਿੱਚ ਅੰਦਰ ਕਰ ਦਿੰਦੇ ਹਾਂ, ਪਹਿਲਾਂ ਜੋ ਕਬੂਤਰਾਂ ਦੇ ਬੱਚੇ ਆ ਨਾ ਉਹਨਾਂ ਨੂੰ ਆਪਾਂ ਅੰਦਰ ਕਰ ਦਈਏ, ਕਿਉਂਕਿ ਹੁਣ ਧੁੱਪ ਤਕਰੀਬਨ 20-30 ਮਿੰਟ ਦੇ ਵਿੱਚ ਸਾਰੀ ਖਤਮ ਹੋ ਜਾਣੀ ਆ। ਆ ਜਾ ਛੱਤ ਦੇ ਉੱਪਰ, ਤੁਹਾਨੂੰ ਅੰਦਰ ਦਾਣਾ ਪਾਉਣਾ, ਮੈਨੂੰ ਪਤਾ ਤੁਹਾਨੂੰ ਭੁੱਖ ਲੱਗੀ ਹੋਣੀ ਆ। ਆ ਲਓ ਯਾਰ, ਕਿਸੇ ਦਿਨ ਮੈਂ ਕੁਛ ਇਹ ਕਰੂੰਗਾ, ਸਾਰੇ ਕਬੂਤਰ ਜਿੰਨੇ ਵੀ ਆਪਣੇ ਕੋਲ ਟੋਟਲੀ ਬੱਚੇ ਆ ਨਾ, ਇਕੱਲਾ ਇਕੱਲਾ ਬੱਚਾ ਫੜੂੰਗਾ, ਔਰ ਬਈ ਮੈਂ ਤੁਹਾਨੂੰ ਦਿਖਾਊਂਗਾ ਯਾਰ, ਠੀਕ ਆ, ਸ਼ਾਰਟ ਵੀਡੀਓ ਦੇ ਵਿੱਚ ਦਿਖਾਊਂਗਾ। ਤੇ ਹੁਣ ਤਾਂ ਇਹਨਾਂ ਨੂੰ ਆਪਾਂ ਨਾ ਐਵੇਂ ਸਿੱਧਾ ਡਾਇਰੈਕਟ ਅੰਦਰ ਕਰ ਦਿੰਦੇ ਆ, ਇਹ ਵੀ ਬਾਈ ਅੰਦਰ ਜਾਣ ਨੂੰ ਤਾਬਲੇ ਹੋਏ ਪਏ ਆ, ਤੁਹਾਡੇ ਤੋਂ 2 ਮਿੰਟ ਵੀ ਵੇਟ ਨਹੀਂ ਹੁੰਦੀ। ਆ ਵੀ ਬੱਚਾ ਦੇ ਕਿੱਡਾ ਵੱਡਾ ਹੋ ਗਿਆ ਨਾ, ਛੋਟਾ ਜਿਹਾ ਹੁੰਦਾ ਸੀ ਕਿਉਂਕਿ ਬਾਈ ਇਕੱਲਾ ਬੱਚਾ ਸੀ ਨਾ, ਫਿਰ ਬਾਈ ਮਾਂ ਬਾਪ ਇਹਨੂੰ ਨਾ ਦਾਣਾ ਪੂਰਾ ਪੇਟ ਭਰ ਕੇ ਦਿੰਦੇ ਸੀ ਯਾਰ। ਚਲੋ ਵੀ ਅੰਦਰ, ਇੱਕ ਵਨ
ਟੂ ਥ੍ਰੀ ਚਲੋ ਬਸ ਗੇਟ ਖੋਲਣ ਦੀ ਦੇਰ ਆ। ਸਾਰੇ ਕਬੂਤਰਾਂ ਦੇ ਬੱਚੇ ਆਪਦੇ ਆਪ ਅੰਦਰ ਚਲੇ ਜਾਂਦੇ ਆ। ਜੋ ਇਹ ਬੱਚਾ ਨਾ ਇਹ ਬਾਈ ਨਵਾਂ ਬੱਚਾ ਸਿਰਫ ਇੱਕ ਦੋ ਵਾਰ ਜਾਲ ਦੇ ਵਿੱਚ ਪਾਇਆ, ਹੌਲੀ ਹੌਲੀ ਕਰਕੇ ਇਹਨੂੰ ਵੀ ਅੰਦਰ ਜਾਣ ਦਾ ਪਤਾ ਲੱਗ ਜੂਗਾ। ਇਹਦੀ ਏਜ ਬਹੁਤ ਛੋਟੀ ਆ, ਇਸੇ ਕਰਕੇ ਇਹਨੂੰ ਹੁਣ ਮੈਂ ਫੜ ਕੇ ਆ ਜਾ ਪਤਾ ਕਿਵੇਂ ਜਾਇਆ ਕਰ, ਆ ਜਾ ਤੈਨੂੰ ਮੈਂ ਸਿਖਾਉਣਾ ਠੀਕ ਆ। ਇੱਥੋਂ ਆ ਦੇਖ, ਇੱਥੋਂ ਇੱਕ ਮਿੰਟ ਆ ਜਾ ਜਾ ਯਾਰ, ਆਪਦੇ ਆਪ ਜਾਣ ਲੱਗ ਜੂਗਾ। ਗਾਹ ਨੂੰ ਵਿਚਾਰਨ ਤੰਗ ਕਰਿਆ, ਆ ਲਾ ਪਹਿਲਾਂ ਮੈਂ ਗੇਟ ਬੰਦ ਕਰ ਦਾ। ਤੇ ਹੁਣ ਇਹ ਵੀਡੀਓ ਦਾ ਇੱਥੇ ਐਂਡ ਕਰ ਦਿੰਦੇ ਹਾਂ। ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ ਚੈਨਲ ਨੂੰ ਯਾਰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਤੇ ਜੋ ਬਾਈ ਸਰਾਜੀ ਕਬੂਤਰਾਂ ਦਾ ਪੇਅਰ ਆਪਾਂ ਛੱਤ ਦੇ ਉੱਪਰ ਲੈ ਕੇ ਆ ਗਏ, ਬਸ ਹੁਣ ਜਦੋਂ ਉਹਨਾਂ ਦੇ ਆਂਡੇ ਆ ਗਏ ਨਾ, ਫਿਰ ਆਪਣੇ ਕੋਲ ਬਾਈ ਸਰਾਜੀ ਰੈੱਡ ਰੈੱਡ ਕਲਰ ਦੇ ਵੀ ਬੱਚੇ ਹੋ ਜਾਣਗੇ। ਫਿਰ ਸਾਰੇ ਕਬੂਤਰਾਂ ਦੇ ਵਿੱਚ ਜਦੋਂ ਰੈੱਡ ਰੈੱਡ ਕਲਰ ਦੇ ਬੱਚੇ ਫਿਰਿਆ ਕਰਨਗੇ ਨਾ, ਬਹੁਤ ਪਿਆਰੇ ਲੱਗਿਆ ਕਰਨਗੇ। ਓਕੇ ਬਾਏ ਯਾਰ।